51 ਤਰਸੇਮ ਸਿੰਘ ਜੀ ਸਾਬਕਾ ਸਰਪੰਚ ਚੜਿਆਲਾ 5100 ਕੈਪਟਨ ਸਾਹਿਬ ਧੰਨਵਾਦ ਜੀ ਇਹਨਾਂ ਵੱਲੋਂ ਵੀ 1100 ਦੇ ਯੋਗਦਾਨ ਹਰਜਿੰਦਰ ਸਿੰਘ ਜੀ ਪੰਡੋਰੀ 11000 ਸਰਜੀਤ ਸਿੰਘ ਜੀ ਚੌਲ 21000 ਪਰਗਨ ਸਿੰਘ ਜੀ 5100 ਨਿਰਮਲ ਸਿੰਘ ਜੀ 2100 ਕਾਲਾ ਪੰਜ ਧਾਰੀਵਾਲ ਉਹਨਾਂ ਵੱਲੋਂ ਵੀ 2000 ਤੀਰਥ ਸਿੰਘ ਜੀ ਚੌਲ 50000 ਦੇ ਵੱਡੇ ਯੋਗਦਾਨ ਪੁੱਜੇ ਅੱਜ ਦੇ ਕਬੱਡੀ ਕੱਪ ਲਈ ਤੀਰਥ ਸਿੰਘ ਜੀ ਚੌਲ 50000 ਉੱਥੇ ਧੰਨਵਾਦ ਜਗਤਾਰ ਸਿੰਘ ਜੀ ਚੌਲ ਬਹੁਤ ਬਹੁਤ ਧੰਨਵਾਦ ਚਰਨਜੀਤ ਸਿੰਘ ਜੀ ਚੌਲ 5000 ਬਲਵਿੰਦਰ ਸਿੰਘ ਜੀ ਚੌਲ ਆਸਟਰੀਆ 3000 ਹਰਜਿੰਦਰ ਸਿੰਘ ਜੀ 10000 ਮੱਖਣ ਸਿੰਘ ਜੀ ਉਹਨਾਂ ਵੱਲੋਂ ਵੀ 5100 ਤਰਸੇਮ ਸਿੰਘ ਜੀ ਉਹਨਾਂ ਵੱਲੋਂ ਵੀ 5000 ਕੁਲਦੀਪ ਸਿੰਘ ਜੀ ਟੱਟ 5000 ਰਾਮ ਲਵਾਇਆ ਜੀ ਸ਼ਰਮਾ 5000 ਧੰਨਵਾਦ ਕਰਦੇ ਹਾਂ ਪਰਗਨ ਸਿੰਘ ਜੀ ਸਮਰਾ USA ਉਹਨਾਂ ਵੱਲੋਂ ਵੀ 5000 ਚਾਰ ਸਾਹਿਬ ਜੀ ਜਦੋਂ ਤੁਹਾਡੇ ਕੋਲ ਮੈਂ ਕਿਹਾ ਜ਼ਰੂਰ ਦੱਸ ਦਿਓ ਆਪਾਂ ਆਹ ਮੈਂ ਇੱਕ ਬੰਦ ਕਰ ਦਿਆਂਗੇ ਜੀ ਭਜਨ ਸਿੰਘ ਜੀ ਉਹਨਾਂ ਵੱਲੋਂ ਵੀ 5000 ਜਗਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ 5000 ਜਸਵੀਰ ਸਿੰਘ ਜੀ 2000 ਮਨਦੀਪ ਸਿੰਘ ਜੀ ਸਰਪੰਚ ਸਮਰਾਏ 10000 ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਰਦਾਰ ਗੁਰਦਾਵਰ ਸਿੰਘ ਜੀ ਬਾਸੀ ਕੈਨੇਡਾ ਜਤਿੰਦਰ ਜੌਲ ਕਾਮਰੇਡ ਮੱਖਣ ਸਿੰਘ ਜੀ ਪੱਲਣ ਸਰਪੰਚ ਜੰਡਿਆਲਾ ਬੰਕਾ ਧਾਲੀਵਾਲ ਮਨਦੀਪ ਦੀਪਾ ਸਰਪੰਚ ਸਮਰਾਏ ਗੋਪੀ ਜੌਲ ਪਵਿੱਤਰ ਧਾਲੀਵਾਲ ਤਨਵੀਰ ਸਿੰਘ ਜੀ ਧਾਲੀਵਾਲ ਕਿੰਗ ਯੌਰਜ ਮੋਟਰ ਸਰੀ ਵਾਲੇ ਸੁਖਰਾਜ ਸਿੰਘ ਜੀ UK ਸਪੈਸ਼ਲ ਆਏ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਖਾਜਾ ਜੀ ਨਾਲ ਹੀ ਮਾਸਟਰ ਸੁਖਜੀਤ ਸਿੰਘ ਜੀ ਸਰਦਾਰ ਤਰਸੇਮ ਸਿੰਘ ਜੀ ਐਕਸ ਸਰਪੰਚ ਜਥੇਦਾਰ ਅਜਮੇਰ ਸਿੰਘ ਜੀ ਸਮਰਾ ਕਾਮਰੇਡ ਘੋਗੀ ਜੀ ਗੈਰੀ ਜੌਲ ਹੈਰੀ ਕੰਗਣਵਾਲ ਦੀਪਾ ਕਾਲੇ ਸਿੰਘ ਸਰਦਾਰ ਅਮਰੀਕ ਸਿੰਘ ਜੀ ਦਾ ਬੇਟਾ ਵਾਈ ਕਾਟੋ ਕਬੱਡੀ ਕਲੱਬ ਨਿਊਜ਼ੀਲੈਂਡ ਤੋਂ ਤੇ ਨਾਲ ਹੀ ਬਲਵਿੰਦਰ ਸਿੰਘ ਜੀ ਗਿੱਲ ਤੇ ਸੁੱਖਾ ਗਿੱਲ ਜੀ ਉੱਥੇ ਬਲਵੀਰ ਸਿੰਘ ਜੀ ਮੱਧੂ ਤੇ ਨਾਲ ਬਬਲੂ ਕੁਰੂਕਸ਼ੇਤਰ ਸ਼ਿੰਦਰ ਸਮਰੇ ਉਹਨਾਂ ਵੱਲੋਂ ਦੂਜਾ ਪ੍ਰਾਈਜ ਪਾਲਾ ਸੋਤਾ ਸੱਤਾ ਮਠੱਡਾ ਤੇ ਸੁੱਖਾ ਚੱਕਾ ਜਾਣੀ ਕਿ ਗ੍ਰੇਵੀਅੰਟ ਕਬੱਡੀ ਕਲੱਬ ਵੱਲੋਂ ਅੱਜ ਦੇ ਕਬੱਡੀ ਕੱਪ ਦਾ 2.5 ਲੱਖ ਦਾ ਪਹਿਲਾ ਪ੍ਰਾਈਜ ਇਸ ਕੱਪ ਦਾ ਚੌਥਾ ਮੈਚ ਬਹੁਤ ਹੀ ਜ਼ਬਰਦਸਤ ਜਿਹੜੇ ਮੈਚ ਨੇ ਉਹ ਇਸ ਤੋਂ ਪਹਿਲਾਂ ਦੇਖਣ ਨੂੰ ਮਿਲੇ ਨੇ ਇੱਕ ਹੋਰ ਚੰਗਾ ਮੈਚ ਜਿਹੜਾ ਫਸਵੀਂ ਟੱਕਰ ਵਾਲਾ ਬਾਬਾ ਫੁੱਲੂ ਵੀਰ ਅਕੈਡਮੀ ਰੌਣੀ ਅਤੇ NRI ਕਲੱਬ ਨਕੋਦਰ ਦੋਨੇ ਟੀਮਾਂ ਦਾ ਮੈਚ ਹੈ ਜਿਹੜਾ ਚੌਥਾ ਮੈਚ ਇਸ ਕੱਪ ਦਾ ਸਾਡੇ ਨਾਲ ਜਿੱਥੇ ਦੋਨੇ ਟੀਮਾਂ ਦੇ ਕਪਤਾਨ ਜੁੜੇ ਹੋਏ ਨੇ ਔਰ ਉੱਥੇ ਸੈਂਟਰ ਵੈਲੀ ਸਪੋਰਟਸ ਕਲੱਬ ਅਮੈਰੀਕਾ ਉਹਨਾਂ ਦੀਆਂ ਮਾਣ ਮੱਟੀਆਂ ਸ਼ਖਸੀਅਤਾਂ ਲਖਵੀਰ ਸਹੋਤਾ ਜੀ ਜਿਹਨੇ ਕਿ ਕਾਲਾ ਟਰੇਸੀ ਦੇ ਨਾਂ ਨਾਲ ਖੇਡ ਹਲਕਿਆਂ ਜਾਣੇ ਜਾਂਦੇ ਨੇ ਗੈਰੀ ਭੰਗੂ ਸੁਖਵੰਤ ਸਿੰਘ ਸੰਘੇੜਾ ਅਤੇ ਜੈ ਸਿੰਘ ਕਪੂਰਪੁਰ ਸਾਰੀਆਂ ਹੀ ਸ਼ਖਸੀਅਤਾਂ ਪਿਛਲੇ 2-3 ਦਹਾਕਿਆਂ ਤੋਂ ਕਬੱਡੀ ਦੇ ਖੇਤਰ ਦੇ ਵਿੱਚ ਜਿੱਥੇ ਹਿੰਦੁਸਤਾਨ 'ਚ ਯੋਗਦਾਨ ਪਾਉਂਦੇ ਨੇ ਉੱਥੇ ਅਮੈਰੀਕਾ ਦੇ ਵਿੱਚ ਵੀ ਸਰਗਰਮ ਨੇ ਔਰ ਇਸ ਕੱਪ ਦਾ ਮੁੱਖ ਸੂਤਰਧਾਰ ਜਤਿੰਦਰ ਜੌਲ ਉਹ ਵੀ ਸਾਡੇ ਦਰਮਿਆਨ ਇਹਨਾਂ ਸ਼ਖਸੀਅਤਾਂ ਨੂੰ ਸਤਿਕਾਰ ਦੇਣ ਦੇ ਲਈ ਜੁੜੇ ਹੋਏ ਨੇ ਔਰ ਸਾਡੇ ਰਜਿੰਦਰ ਸੰਧੂ ਬੈਲੀ ਜੀ ਟੌਸ ਕਰਨਗੇ ਦਲਜਿੰਦਰ ਔਜਲਾ ਚੇਚੇ ਤੌਰ 'ਤੇ ਕੈਨੇਡਾ ਤੋਂ ਆਏ ਨੇ ਔਰ ਜੱਗਾ ਕੋਟਾ ਟੌਸ ਹੋਈ ਹੈ ਔਰ ਦੇਖਣਾ ਕਿ ਬੈਲੀ ਦੀ ਮੁੱਠੀ 'ਚੋਂ ਕੀ ਨਿਕਲਦਾ ਟੌਸ ਹੈ ਜਿਹੜੀ ਨਕੋਦਰ ਦੀ ਟੀਮ ਨੇ ਟੌਸ ਜਿੱਤੀ ਹੈ ਔਰ ਦਲਜਿੰਦਰ ਔਜਲਾ ਵੈਨਕੂਵਰ ਦੀ ਧਰਤੀ ਤੋਂ ਇਹ ਖਿਡਾਰੀ ਦੂਸਰੀ ਵਾਰ ਹਿੰਦੁਸਤਾਨ ਦੇ ਵਿੱਚ ਖੇਡਣ ਦੇ ਲਈ ਆਇਆ ਦਲਜਿੰਦਰ ਜੀ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰ ਰਹੇ ਹੋ ਇੰਡੀਆ ਦੇ ਵਿੱਚ ਆ ਕੇ ਖੇਡਣਾ ਉੱਥੇ ਟੋਟਲੀ ਗਰਾਸ 'ਤੇ ਕਬੱਡੀ ਖੇਡਦੇ ਹੋ ਇੱਥੇ ਲਗਭਗ ਜਿਹੜੀ ਜ਼ਿਆਦਾ ਕਬੱਡੀ ਰੇਤਲੇ ਮੈਦਾਨਾਂ 'ਚ ਹੁੰਦੀ ਹੈ ਇਹ ਖਿਡਾਰੀ ਨੂੰ ਮਾਣ ਮਿਲਿਆ ਮੰਗੀ ਵਰਗੇ ਖਿਡਾਰੀਆਂ ਦੇ ਨਾਲ ਖੇਡ ਕੇ ਤੁਹਾਨੂੰ ਲੱਗ ਰਿਹਾ ਕਿ ਖੇਡ ਤੁਹਾਡੀ ਬਹੁਤ ਇੰਪਰੂਵ ਹੋਵੇਗੀ ਹਾਂਜੀ ਬਾਈ ਬਹੁਤ ਫਰਕ ਰਿਹਾ ਦਲਜਿੰਦਰ ਔਜਲਾ ਨੇ ਟਾਸ ਜਿੱਤੀ ਹੈ ਅਤੇ ਰੇਡ ਕਰਨ ਦਾ ਫੈਸਲਾ ਲਿਆ ਜੱਗਾ ਕੋਟਾ ਸਿੱਖ ਸਰਦਾਰ ਖਿਡਾਰੀ ਇਸ ਖਿਡਾਰੀ ਦੀ ਵੀ ਬੜੀ ਧੁੰਮ ਹੈ ਔਰ ਤੁਹਾਡੀ ਟੀਮ ਹੈ ਜਿਹੜੀ ਇੱਕ ਪੂਰੀ ਹੀ ਬਹੁਤ ਜ਼ਬਰਦਸਤ ਟੀਮ ਹੈ ਇਸ ਸੀਜ਼ਨ ਦੀ ਉਹਨਾਂ ਦੇ ਨਾਲ NRI ਨਕੋਦਰ ਦੇ ਨਾਲ ਤੁਸੀਂ ਖੇਡ ਰਹੇ ਹੋ ਕਿਸ ਤਰ੍ਹਾਂ ਦਾ ਮੈਚ ਲੱਗੇਗਾ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਭਕਾਮਨਾ ਮੈਂ ਇਸ ਮੈਚ ਦੇ ਲਈ ਔਰ ਮੇਰੇ ਨਾਲ ਨੇ ਸੈਂਟਰ ਵੈਲੀ ਸਪੋਰਟਸ ਕਲੱਬ ਦੇ ਜਿਹੜੇ ਪ੍ਰਮੋਟਰ ਸਾਹਿਬਾਨ ਲਖਵੀਰ ਸੋਤਾ ਜੀ ਜਿਹੜੇ ਕਿ ਇੱਥੇ ਆਪਣੇ ਭਾਣਜੇ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਅਤੇ ਔਰ ਰੁੜਕਾ ਖੁਰਦ ਦੇ ਵਿੱਚ ਵੀ ਇੱਕ ਵੱਡਾ ਟੂਰਨਾਮੈਂਟ ਕਰਾਉਂਦੇ ਆ ਤੁਸੀਂ ਇੱਕ ਤਰ੍ਹਾਂ ਦੀ ਲੜੀ ਹੈ ਜਿਹੜੀ 5-6 ਟੂਰਨਾਮੈਂਟ ਨੇ ਤੁਹਾਡੇ
छे टूरनामेंट की जिहड़ी लड़ी है वह शुरू की हैगी और अजीत साढ़े सज्जन जिहड़े आए ने और दो शब्द जरूर मैं सुनना चाहांगा लखवीर सोता जी तो। हाँ जी सारे सत श्रीकाल सारे बहुत बहुत शुक्रिया साढ़े नाल और गुरु नानक नौर कबड्डी का महाबली साढ़े दरम्यान पहुंचे है। मैं उस तो भी चाहागा कि जरूर सेंटर बैली वाले और जतेंद्र जौल में फला शेरी देवे बहुत खुशी की गल है कि गुरु नानक ने बड़े खुश मिजाज तरीके दे नाल जिहड़ा इस टूरनामेंट का शाबाशी दिती है। बहुत बहुत शुक्रिया गुरु नानक जी और ओवर टू कमेंटेटर जलाल साहब। बहुत बहुत धन्यवाद डॉक्टर सुखदर्शन चाल जी। असी विशेष तौर पर धन्यवाद करते हैं सेंटर वैली कबड्डी क्लब यूएसए का अमन टवाणा जी, काला ट्रेसी, सुखी संघेड़ा जी आप ते नहीं आ सके पर उन्होंने फादर साहब सरदार सुखवंत सिंह जी संघेड़ा अचेचे तौर पर पुजे हुए है, चहेड़ू वाले हैरी भंगू जी उन्हों का, राजा धामी जी इटवाल प्रदर जगरू पिंटू गहना, जतेंद्र जौल ते कबूलपुरिया जे भी 11 मार्च में सदे दे रहे हैं भी कबूलपुर के वड्डा कबड्डी कप होगा। एक पासे बाबा फुल्लू पीर कबड्डी क्लब रौनी, पिंदरी सहारन माजरा हरदीप रौनी होना दी एक खेड क्लब है और दूसरे पासे एनआरआई कबड्डी क्लब नकोदर की टीम के लिए बहुत बड़े योगदान ने। गोपा बैंस, बबलू कुरुक्षेत्र, बलवीर संधु, दीपा संगा न्यूजीलैंड, जतेंद्र जौल, काला ट्रेसी, अमन टमाणा, सुखी संघेड़ा, सुखा चक्का वाला ते नाल सत्ता बठिंडा, पाला सोता ते नाल ही गोल्डी सानेवाल इंग्लैंड तो ते शीरा शमीपुर, लखा गाजीपुर ते नाल ही बलविंदर सिंह जी प्रवान साढ़े ते नाल ही समुची सेंटर वैली कबड्डी क्लब का बहुत बड़ा योगदान। असी एक बार फिर तो सरदार गुरदावर सिंह जी बासी उन्हों का, जतेंद्र जौल उन्हों का, कामरेड मखण सिंह जी पलन सरपंच जंडियाला, बंका धालीवाल, दीपा सरपंच समराए, गोपी जौल, पवित्र धालीवाल, तरवीर धालीवाल, मास्टर सुखजीत सिंह जी, तरसेम सिंह जी एक्स सरपंच, अजमेर सिंह जी समरा जथेदार साहब, कामरेड घोगी जी, गैरी जौल ते नाल ही हैरी कंगणीवाल होना का विशेष तौर पर धन्यवाद करते हैं। भिंडा मठंडा जी विशेष तौर पर धन्यवाद है। 28 फरवरी मठंडिया में कबड्डी कप की होगी, सत्ते होना वालों, पाले होना वालों, जैस होना वालों सदे दिते जा रहे हैं। मठंडिया के कबड्डी कप का इतिहास 28 फरवरी को रचिया जाएगा। प्यारा सिंह जी पलण कनेडा तो वह भी अचेचे तौर पर आए हैं। सोनू किरणगढ़ का विशेष तौर पर धन्यवाद है, जिन्हें सोहना गीत लिखे है ते प्रिंस ने गाया है। अगली गल दिलशाद इसी ते बची घोलिया, हेलो ना सतपाल खड़ियाल, सॉरी सतपाल खड़ियाल जी ढोला कबड्डी पागे पॉइंट का वादा करता है। सतपाल खड़ियाल बहुत बहुत धन्यवाद जी। टेंट वाला वीर अंदर कुर्सियां ला दो, बेनती है साड़ी काले संघां की धरती, महान कबड्डी खिडारियों की धरती है, पर चरनी जड़वे के लागे रोगड़ा पिंड है सरौजा का बाबा फलू वीर कबड्डी क्लब की टीम का खिडारी कोशिश करता है नंबर रेडर के हिस्से जा जड़े है। कोटे वाला जग्गा कहिंदे कनेडा भी तकड़ा खेड आया है, नौजवान धरती मां नूं टेक मत्था रौनी की टीम वालों कबड्डी पाने के लिए जाता हुआ जरग के लागे रौनी पिंड है, पहलवाना का पिंड है, अमरीक सिंह बहुत तकड़ा पहलवान होया उस पिंड का, नाल कहिंदे गोले का पिंड जरग आ जाता, नाल जरगड़ी आ जाती है। लो सामने जग्गे की पहरेर चार जाफी चार बरदार ने, बब्बू करीवाल का, सनी जिंदर और जग्गा सामने मुकाबला बब्बू के नाल है। ये नौजवान कहिंदे सिरसा राणियां के लागे आई है, जो
जिहड़ा सिरसे का खिडारी बब्बू पर पॉइंट जिहड़ा धावी का सेंटर वैली कबड्डी क्लब वह क्लब है जिन्हें 2014 दे विच होई वर्ल्ड कबड्डी लीग दे विच वैनकूवर लैंड की टीम उतारी सी। मेरे सारे सरदार रघवीर अज पुजे हुए ने काला ट्रेसी जी जतेंद्र जौल जी अमन टिवाणा जी राजा धामी हैरी भंगू सुखी सगेड़ा अटवाल ब्रदर जय सिंह और साडे वीर सारे जिन्हें भी ने बिट्टू जी गहलों वाले सारे मैं सेंटर वैली क्लब का धन्यवाद करता। मैदान के रेड दिलशाद लाओ काला धूर मोड़ी है कबड्डी पा रहे हैं मेरे वीर धूर मोड़ी है काले भी रेड यह ढीड साहबा वाल पिटदा है जिन्हें पॉइंट का वाधा पर वेखदा काले ने अपनी टीम के लिए कर दिता है संगरूर की धरती रुगले वाला कोशिश करता है पर पॉइंट लाड़ के हिस्से केवल सिंह सरपंच के पुत की रेड पै रही है। ग्रेव जेंट कबड्डी क्लब यूके की सारी टीम मेरी जिंदगी की बहुत ही सत्कारयोग शख्सियत सत्ता मठड्डा पिंडा मठड्डा पाला बड़े पिंडिया बागी अटवाल होरी गोखे वारिए होरी पुजे ने जी आया हद सनी सोटा पुजा है। पंजाबी का प्रसिद्ध गीतकार राजा खेला दे मंगल हठूर भी पुजा है पर काले संघिया वाला सनी इधरले पासे पट्टी हुई खुच के खुट पचनी कबड्डी बड़ी औखी लाने होंगी ढाक मित्रों सब लगते 500 सुखा चक्का वाला कहता भी 500 जाफी के वास्ते है बब्बू कोशिश करता है नंबर जिहड़ा धावी के हिस्से जा जुड़े है रौनी की टीम के लिए डॉक्टर सुखदर्शन सिंह जी चहल चक दे कबड्डी मैगजीन के चक दे कबड्डी पेज से गल्लां होणगियां रविंद्र जलाल का उचेचे तौर पर धन्यवाद करता जो हर समय नाल खड़ते हैं। भाई अमरीक नूं मुबारकबाद है प्रदीप टैणा जी नूं अज मुबारकबाद है और वो कोई भाग्यशाली दर्शक होगा जिहड़ा अज आल्टो लेके जाएगा अपने घर नूं और सामने पई रेड़ चार जाफी तैयार वर तैयार ने ते मुकाबला कहिंदे फिर इस समय चरणजीत सिंह दे नाल हुंदा होया सज्जे खब्बे घेरदा होया नौजवान गड़वे दे एरिए दा खिडारी जिस एरिए दे विच करन कमान ने कबड्डी नूं बहुत वड्डे पद्धर ते आवाज कीता है कलवीर जूके ने आवाज कीता है उस एरिए दा नौजवान पर पॉइंट रेडर दे वास्ते कलविंदर सिंह जी जिन्हां दा जमशेर पिंड है यूएसए दे वासी ने वह भी उचेचे तौर पर पुजे ने। मैं जतेंद्र सिंह जौल वालों जी आया आखदा सरदार कुलविंदर सिंह जी जमशेर पिंड वाले यूएसए के वासी ने 8 ते 9 मार्च कहते रुड़का खुरद के कबड्डी कप की नरेंद्र बिल्ला जी बब्बू जी और काला ट्रेसी जी के सदे लाओ जग्गा चिट्टी वाला मेरे वीरो रविंदर जलाल जी जतेंद्र जौल जी मिल रविंदर जलाल ना अगली रेड पाउण के लिए तलविंदर सिंह कीड़ा है कबड्डी पाउण के लिए वाधा होया है 28 तरीक ਮਠੱਡਿਆਂ ਦੀ ਧਰਤੀ ਦੇ ਗੋਖਾ ਪਾਲਿਆ ਜੀ ਕਹਿੰਦੇ ਪੁੱਜੇ ਹੋਏ ਆ ਆਪਣੇ ਸਾਥੀਆਂ ਦੇ ਨਾਲ ਲਓ ਪਹੀ ਰੇੜ ਆਦਾ ਉੱਭਾ ਵਾਲ ਪੈਂਦਾ ਕਿ ਆ ਜਾਂਦੀ ਆ ਉੱਭਾ ਵਾਲ ਨੂੰ ਫਰਕ ਸੋਹਣਿਆਂ ਦੇ ਪੈਂਦਾ ਪੈਂਦਾ ਪੈ ਜਾਂਦਾ ਫਰਕ ਸੋਹਣਿਆਂ ਦੇ ਪੈਂਦਾ ਪੈਂਦਾ ਪੈ ਜਾਂਦਾ ਫਰਕ ਸੋਹਣਿਆਂ ਦੇ ਗੱਲਾਂ ਕਹਿੰਦੇ ਚਾਰ ਕਪਿੜ ਦੇ ਲਾਭ ਹੀ ਰੇੜੇ ਕੀਤੀਆਂ ਉਧਰ ਸਿੱਧੂ ਮੂਸੇਵਾਲਾ ਵੀ ਕਹਿੰਦਾ ਜਦੋਂ ਵਿਆਹ ਹੋਇਆ ਨਾ ਲਾਲ ਹੀਰੇ ਦਾ ਸਾਰਾ ਲੱਗਣਾ ਸਿੱਧੂ ਮੂਸੇਵਾਲੇ ਦੀ
ਗੱਲਾਂ ਹੋਣਗੀਆਂ ਪਿੰਡਾਂ ਮਠਾਡਾ ਦੀ ਕਹਿੰਦੇ ਆਏ ਹੋਏ
ਦਾ ਮੇਲਾ ਖਡੂਰ ਸਾਹਿਬ ਦੇ ਵਿੱਚ ਹੈ। ਬਾਗੀ ਅਟਵਾਲ ਜੀ ਕਹਿੰਦੇ ਵੀ ਟੁੱਕਿਆਂ ਵਾਲੇ ਖੁਸ਼ੀ ਦਾ ਜਨਮ ਦਿਨ ਹੈ, ਤੁਹਾਨੂੰ ਬੁਲਟ ਮੋਟਰਸਾਈਕਲ ਗਿਫਟ ਕੀਤਾ ਜਾਵੇਗਾ ਤੇ ਤੇਰਾ ਸੋਹਣੇ ਬਰਥਡੇ ਹੈ। ਅੱਜ ਜਸ਼ਨ ਮਨਾਏ ਜਾਣਗੇ, ਅੱਜ ਜਸ਼ਨ ਮਨਾਏ ਜਾਣਗੇ। ਉਹ 26 ਤਰੀਕ ਨੂੰ ਰੌਣਕ ਲੱਗਣੀ ਹੈ, ਉੱਧਰ ਸਿੱਧੂ ਦੀ ਰਣ ਪੈ ਰਹੀ ਹੈ। ਇਹ ਪੰਬ ਕੱਲੇ ਵਾਲਾ ਖਡੂਰ ਸਾਹਿਬ ਦੇ ਏਰੀਏ ਦਾ ਮੇਰੇ ਮਿੱਤਰੋ ਰੋਡ ਪਾਉਣ ਦੇ ਲਈ ਵਧਿਆ ਹੋਇਆ ਹੈ। ਉੱਧਰ ਕਹਿੰਦੇ ਜਤਿੰਦਰ ਪਛੌਲ ਦਾ ਚੱਕਾ ਵਾਲੇ ਸੁੱਖੇ ਦਾ ਕਾਲੇ ਭੇਸੂਰੇ ਦਾ ਠੱਡਿਆਂ ਦੇ ਸੱਪੇ ਦਾ ਅੱਜ ਭੁੱਜੇ ਪੈਰ ਨਹੀਂ ਲੱਗਦਾ ਵੀ ਪੱਟਾ ਵੇਲਾ ਕਾਖੜੇ ਦੀ ਰਿਕਾਰਡ ਟੁੱਟ ਗਈ ਹੈ। ਕਾਖੜੇ ਦੀ ਰਿਕਾਰਡ ਟੁੱਟ ਗਏ ਦਾ ਲਓ ਰਿਕਾਰਡ ਟੁੱਟ ਗਿਆ ਕਹਿੰਦੇ ਲਾਵਲੀ ਰੇਡ ਲਾਉਣ ਦੀ ਪੈਰ ਜਾ ਰਹੀ ਹੈ ਮੇਰੇ ਵੀਰੋ। ਸੋਢੀ ਮਖੰਡਾ ਜੀ ਦਾ ਵੀ ਧੰਨਵਾਦ ਹੈ ਅੱਜ ਭੁੱਜੇ ਹੋਏ ਕਹਿੰਦੇ ਲਓ ਲਾਉਣ ਦੀ ਕਬੱਡੀ ਲਓ ਵੇਖਦਾ अगले साल कहते जलाल वाले रुपिंदर स्कॉर्पियो गड्डी दी जानी है। रुपिंदरा तेरे लिए भी धन्यवाद धन्यवाद है। जो 16 लाख कहते हैं ना अखा मूहे चाले आ जाते हैं, जो 16 लाख कहते हैं तो अखा मूहे चाले आ जाते हैं। अगले साल कहते जलाल वाले सिद्धू के बेटे का स्कॉर्पियो गड्डी का आशीर्वाद होना है। सत्ता जी 2000 सनी के जुफे का देखे सत्ता बठिंडा जी साढ़े वीर ने उन्होंने वालों कहते उधर कभी चाह वीर वाले ने भी कहते पट्टी मेहनत की है जतेंद्र नाल कहते यारी है जिमें बरीक कहना हों भी जिथे पहनते हैं ना उन्होंने खड़ते भी है। तो अच्छ गल टिकाने वे कहते अज चटियाले का मेला दुनिया के चर्चा लो रेड़ कहते चीप मरिए गुरदीप की पैन जा रही है। ਚੱਲਣਗੀਆਂ ਮੇਰੇ ਮਿੱਤਰ।